ਪਾਸੇ ਇੱਕ ਨੰਬਰ ਤੇ ਸ਼ਿਵਪਾਲ ਲਵ ਖੜਾ, ਉਹ ਕਰ ਲੋ ਤਿਆਰੀਆਂ ਬਈ, ਮੇਲਾ ਆ ਗਿਆ ਹੈ ਕਾਲੇ ਸਿੰਘਿਆਂ ਦਾ ਫਾਈਨਲ ਮੈਚ। ਤੇ ਬਾਗੀ ਨੇ ਹਲਕਾ ਟੱਚ ਕਰਕੇ ਡੇਢ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਲਿਆ ਹੈ। ਲਓ ਆ ਕਹਿੰਦੇ ਸਾਹਿਲ ਨਾਮ ਹੈ ਮੁੰਡੇ ਦਾ, ਚੱਕ ਕਲਾ ਪਿੰਡ ਹੈ, ਪਰ ਅੱਜ ਕਹਿੰਦੇ ਕਾਲਾ ਸਿੰਘਿਆਂ ਦੇ ਵਾਸਤੇ ਕਬੱਡੀਆਂ ਪਾਉਂਦਾ, ਇਹ ਖੁੱਦੀ ਪਾਉਂਦਾ, ਦਿਨੇ ਤਾਰੇ ਦਿਖਾਉਂਦਾ, ਤੇ ਮਾਂ ਖੇਡ ਕਬੱਡੀ ਦਾ ਨਾਮ ਉੱਚਾ ਚੁਕਾਉਂਦਾ ਉੱਭਰਦਾ ਹੋਇਆ ਸਟਾਰ ਕਬੱਡੀ ਦਾ। ਕ੍ਰਿਸ਼ਨ ਨੇ ਕੋਸ਼ਿਸ਼ ਕੀਤੀ ਸੀ, ਨੰਬਰ ਨਹੀਂ ਲੈ ਸਕਿਆ, ਤੇ ਪੁਆਇੰਟ ਜਿਹੜਾ ਇਸ ਸਮੇਂ ਕਾਲੇ ਸੰਘਿਆ ਦੇ ਟੀਮ ਦੇ ਹਿੱਸੇ ਦੇ ਵਿੱਚ ਜੱਸਿਆ। ਇੱਕ ਹੋਰ ਨੰਬਰ ਲਿਖਦੇ ਲਓ, ਆਓ ਸਾਡਾ ਭਰਾ ਜੈਲਾ ਭਰਾ ਆ ਗਿਆ, ਤੇ ਸਾਫ ਲੱਗੀ ਸੀ ਪਹਿਲਾਂ ਹੀ ਲੱਗ ਗਿਆ, ਜੇ ਜਾਫੀ ਜੱਫਾ ਲਾਵੇਗਾ ਤੇ ਜਾਫੀ ਦੇ ਵਾਸਤੇ, ਜੇ ਰੇਡਰ ਮੁੜੇਗਾ ਤੇ ਫਿਰ ਬਾਜੀਆਂ ਵੀ ਪੈਣਗੀਆਂ ਤੇ ਸਾ ਵੀ ਬਾਗੀ ਲਵੇਗਾ। ਲਓ ਮਾਰੀ ਛਾਲ, ਜਾ ਕੇ ਲੋ ਲਾ ਕੇ ਜ਼ੋਰ ਪੱਟਾ ਲੈ ਲਈ ਅਰਸ ਦਾ ਜੱਫਾ, ਹੈਪੀ ਸੰਘੇ ਵੱਲੋਂ, ਪਿੰਦਰ ਜੈਲਦਾਰ ਵੱਲੋਂ ਤੇ ਜੋਨੀ ਬਲੇਅਰ ਵੱਲੋਂ 500 ਹੋਵੇਗਾ। ਹੈਪੀ ਸੰਘਾ ਜੀ ਇਹ ਨੋਟ ਕਰ ਲਿਓ, ਤੁਹਾਡੇ ਲਈ 500 ਹੋਵੇਗਾ। ਹੈਪੀ ਸੰਘੇ ਮਾਰ ਦੋ, ਹਰਸ਼ ਨੇ ਕੇਰ ਕਰ ਦਿੱਤਾ ਈ, ਉਹ ਪਹਿਲਾ ਜੱਫਾ ਲੈ ਕੇ ਦੱਸ ਦਿੱਤਾ ਕਿ ਅੱਜ ਫਾਈਨਲ ਖੇਡ ਰਹੇ ਆ। 100 ਰੁਪਈਆ ਹਰਸ਼ ਦੇ ਵਾਸਤੇ, ਉਧਰ ਸਾਡੇ ਜਲਦਾਰ ਪਿੰਦਰ ਭਰਾ ਨੇ ਦਿੱਤਾ ਸੀ 100 ਰੁਪਈਆ, ਮੇਰੇ ਤੋਂ ਫੜ ਲਿਓ, ਤੁਹਾਡੇ ਨੰਗੇ ਪਿੰਡ ਦੀ ਕਮਾਈ ਹੈ। ਲਓ ਸਾਹਿਲ ਦੇ ਵਾਸਤੇ ਵੀ 100 ਹੋਵੇਗਾ, ਜੇ ਜਾਫੀ ਜੱਫਾ ਲਾ ਗਿਆ ਕ੍ਰਿਸ਼ਨ। ਹਾਂ ਕ੍ਰਿਸ਼ਨ ਤੇ ਸਦਾਮੇ ਦੀ ਜੋੜੀ ਜਿਹੜੀ ਦੁਨੀਆ ਭਰ ਦੇ ਵਿੱਚ ਗੱਲਾਂ ਹੋ ਆ, ਦੇਸਲਾ ਦੇ ਸੁਰਗਪੁਰ ਜਲਦੀ ਗਰਾਊਂਡ ਚ ਆ ਜਾਣ, ਸੰਧੂ ਜੱਟਾਂ ਦੇ ਗੁਹਾਲ ਕਬੱਡੀ ਪੈ ਗਈ ਇਸ ਮੈਦਾਨ ਅੰਦਰ, ਕਾਲਾ ਸਿੰਘਾਂ ਵਾਲੇ ਲਵ ਹੋਣੀ ਉਧਰਲੇ ਪਾਸੇ ਦੇਖ ਲੈ, ਬੱਲੇ ਬੱਲੇ ਆ ਰੇਡ ਦੇ ਉੱਤੇ ਵੀ 100 ਜੈਲਦਾਰ ਸਾਹਿਬ ਨੇ ਪਹਿਲਾਂ ਹੀ ਦੇ ਦਿੱਤਾ ਹੈ। ਲਓ ਪਾਈ ਹੋਈ ਰਸੂਲਪੁਰੀਏ ਦੀ ਕਬੱਡੀ, ਉਹ ਕਹਿੰਦੇ ਸ਼ਿਵਪਾਲ, ਉਹ ਸ਼ਿਵਪਾਲ ਐਵੇਂ ਨਹੀਂ ਹਰ ਸਾਲ ਇੱਕ ਉੱਭਰਦਾ ਹੋਇਆ ਸਟਾਰ ਕਾਲਾ ਸੰਘਿਆ ਦੀ ਧਰਤੀ ਤੇ ਪੈਦਾ ਹੁੰਦਾ, ਆਹ ਪਨੀਰੀ ਪੈਦਾ ਕੀਤੀ ਜਾਂਦੀ ਹੈ। ਲਓ ਸ਼ਿਵਪਾਲ ਨੇ ਲਾ ਕੇ ਤਗੜਾ ਜੱਫਾ, 100 ਦੇ ਨਾਲ ਜੈਲੇ ਭਰਾ ਨੇ ਮਾਨ ਸਨਮਾਨ ਕੀਤੇ ਆ। ਆਹ ਕਬੱਡੀ ਦੇ ਉੱਤੇ ਦੁੱਲੇ ਦੀ ਉੱਤੇ ਵੀ 100 ਲੱਗ ਗਿਆ, ਉਹ ਤਿਆਰੀ ਕਰ ਲਓ ਅਮਰਿੰਦਰ ਸਿਆ, ਕ੍ਰਿਸ਼ਨ ਸਿਆ। ਆਹ ਕਹਿੰਦੇ ਵੀ ਸ਼ਿਵਪਾਲ ਲਈ ਇੱਕ ਹੋਰ ਮਾਨ ਸਨਮਾਨ ਭਰਾ ਸਾਡੇ ਨੇ ਕੀਤੇ ਆ, ਉਹ ਵੀ ਪੈਸੇ ਮੇਰੇ ਤੋਂ ਫੜ ਲਿਓ, ਪੈਸਿਆਂ ਦਾ ਲੇਖਾ ਜੋਖਾ ਫੜਨ ਵਾਸਤੇ ਇੱਕ ਭਰਾ ਨੂੰ ਮੇਰੇ ਕੋਲ ਭੇਜ ਦਿਓ। ਕ੍ਰਿਸ਼ਨ ਸਿਆ ਔਖੀ ਗੱਲ ਹੋ ਗਈ ਮਿੱਤਰਾ, ਐਦਾਂ ਗੱਲ ਨਹੀਂ ਬਣਨੀ, ਮੈਚ ਬਹੁਤ ਵਧੀਆ ਹੈ, ਲੱਗਣਗੀਆਂ ਗੱਲਾਂ ਟਿਕਾਣੇ, ਕਬੱਡੀ ਪਈ ਹੋਈ ਕਬੱਡੀ ਹੈ ਕਿ ਸੋਹਣਿਆ 4 ਕਰੇਡਾ ਪਾ ਦੇਵੇ, 4 ਪੁਆਇੰਟ ਲਿਆ ਦੇਵੇ, ਜਾਫੀ ਤੋਂ ਫੜਿਆ ਜਾਈ ਨਾ ਓਏ, ਕਿ ਫਾਈਨਲ ਮੈਚ ਬਾਜੀ ਹਰ ਨਾ ਜਾਈਏ, ਕਿ ਫਾਈਨਲ ਮੈਚ ਤੇ ਬਾਜੀ ਹਰ ਨਾ ਜਾਈਏ। ਇੱਧਰ ਸੁਣ ਲੋ, ਹੂਟਰ ਜਿਹੜਾ ਪਹਿਲਾਂ ਵੱਜ ਗਿਆ ਸੀ ਤੇ ਨੰਬਰ ਜਿਹੜਾ ਉਹ ਕਾਲੇ ਸੰਘਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਿਆ, ਸਿਮੂ ਭਰਾ ਸਾਡਾ, ਦੀਪਾ ਭਰਾ ਸਾਡਾ, ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਹਿੰਦਾ ਸ਼ਨੀ, ਕਹਿੰਦਾ ਜਿੰਨੇ ਜਾਫੀ ਕਾਲੇ ਸੰਘਿਆਂ ਵਾਲੇ ਜੱਫੇ ਲਾਉਣਗੇ ਉਹਨੇ 500 ਦੇਵਾਂਗੇ, ਉਹਨੇ 500 ਦੇਵਾਂਗੇ। ਲਵ ਦੇ ਵਾਸਤੇ 500 ਰੁਪਈਆ, 100 ਰੁਪਈਆ, 100 ਰੁਪਈਆ ਭੇਜਿਆ ਲਵ ਦੇ ਵੱਡੇ ਭਰਾ ਨੇ, ਔਰ ਉਹਨੇ 100-100 ਦੇ ਨਾਲ ਮਾਨ ਸਨਮਾਨ ਕੀਤੇ ਜਾਣਗੇ। ਆ ਪੈਸੇ ਭਾਜੀ ਇੱਕ ਜਾਣਾ ਪੈਸਿਆਂ ਦੇ ਸੁਰਗਪੁਰ ਜਲਦੀ ਗਰਾਊਂਡ ਚ ਆ ਜਾਣ, ਦੇਸਲਾ ਦੇ ਸੁਰਗਪੁਰ, ਉਧਰਲੇ ਪਾਸੇ ਦੇਖ ਲੈ ਕਿ ਪਈ ਹੋਈ ਕਬੱਡੀ। ਕਲੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਬਾਹਰਲੀਆਂ ਲਾਈਨਾਂ ਦੇ ਕਲੀ ਪਾ ਦੇਣ, ਕਲੀ ਵਾਲੇ ਵੀਰ ਨੂੰ ਬੇਨਤੀ ਹੈ। ਓ ਬੱਲੇ ਬੱਲੇ, ਵਾਹ ਵੀ ਨੌਜਵਾਨਾਂ ਨੰਬਰ ਰੇਡਰ ਦਾ ਇਹ ਸ਼ਾਨਦਾਰ
ਖਿਡਾਰੀ ਖੇਡਦੇ ਹੋਏ ਨੇ। ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਿ ਪਰਲੀਆਂ ਲੈਣਾ ਤੇ ਕਲੀ ਬਦਲ। ਇਹ ਫਾਈਨਲ ਮੈਚ ਹੈ, ਇਹਦੇ ਵਿੱਚ ਬੈਸਟਾਂ ਨੂੰ 31-31 ਸੌ ਦਿੱਤਾ ਜਾਣਾ। ਵੱਡੀ ਟੱਕਰ ਹੈ 25,000 ਤੇ 20,000 ਦੀ। ਰਸੂਲਪੁਰ ਦੇ ਆ ਪਿੰਡ ਪੱਧਰ ਦੇ ਖਿਡਾਰੀ ਲਗਭਗ ਸਾਰੇ ਹੀ ਲਾਗੇ ਲਾਗੇ ਦੇ ਪਿੰਡਾਂ ਦੇ ਵਿੱਚ ਆ ਪੂਰੀ ਧੱਕ ਪਾਉਂਦੇ ਆ, ਕਦੇ ਸੈਕਿੰਡ ਰਹਿੰਦੇ ਕਦੇ ਫਸਟ ਰਹਿੰਦੇ, ਵੱਡੀ ਮਿਹਨਤ ਕਰਦੇ ਆ। ਤਿੰਨ ਭਰਾ ਕਬੱਡੀ ਖੇਡਦੇ ਆ, ਰਸੂਲਪੁਰੀਏ ਬਾਗੀ ਰਣਜੀਤ ਤੇ ਅੰਮ੍ਰਿਤ। ਅੱਜ ਕੁਝ ਕਾਰਨ ਕਰਕੇ ਰਣਜੀਤ ਨਹੀਂ ਆਇਆ ਤੇ ਉਹਦੀ ਜਗ੍ਹਾ ਤੇ ਆ ਕਹਿੰਦੇ ਮੁੰਡਾ ਕਬੱਡੀਆਂ ਪਾ ਰਿਹਾ ਰਸੂਲਪੁਰੀਆ ਖੇਡਦੇ ਮੈਦਾਨ ਦੇ ਅੰਦਰ। ਚਾਰ ਜਾਫੀ ਸ਼ਿਵ ਕਹਿੰਦਾ ਮੈਨੂੰ ਛੱਡੋ, ਆ ਮੈਂ ਤੱਕ ਪਾਉਣਾ, ਮੈਂ ਕਮਾਲ ਦਿਖਾਉਣਾ, ਆ ਮੈਂ ਖੁੱਤੀ ਪਾਉਣਾ। ਬਹੁਤ ਵਧੀਆ ਨੰਬਰ ਸ਼ਿਵਪਾਲ ਨੇ ਆਪਣੇ ਮੋਲ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਵੀ ਸਰਬਜੀਤ ਐਲਾਨ ਹੋ ਗਿਆ ਵੀ ਕਾਲਾ ਸੰਘਿਆਂ ਵਾਲੇ ਜਿੰਨੇ ਵੀ ਜਾਫੀ ਹੁਣ ਜੱਫੇ ਲਾਉਣਗੇ, ਪੱਪੂ ਪੰਛੀ ਜੀ ਅਮਰੀਕਾ, ਹੈਪੀ ਸੰਘਾ ਤੇ ਨਾਲ ਸਾਡਾ ਵੀਰ ਪਿੰਦਰ ਸਿੱਧੂ, ਇਹ ਜਾਣਕਾਰੀ ਸੰਘਿਆਂ ਦੇ ਜਾਫੀ 500-500 ਹੋਣਗੇ। ਪੱਪੂ ਪੰਛੀ ਹੁਣਾਂ ਵੱਲੋਂ 500-500 ਦੇ ਵੱਡੇ ਮਾਨ ਸਨਮਾਨ ਹੋਣਗੇ। ਤੇ ਇੱਧਰ ਹੰਡਿਆਂ ਦੇ ਲਾਗੇ ਆ ਕਹਿੰਦੇ ਵੀ ਡੀ ਦੇ ਦਰਮਿਆਨ ਤਕੜਾ ਜੱਫਾ ਅੰਮ੍ਰਿਤ ਨੇ ਲਾ ਦਿੱਤਾ ਹੈ, ਅੰਮ੍ਰਿਤ ਨੇ ਲਾ ਦਿੱਤਾ ਹੈ। ਇੱਧਰਲੇ ਪਾਸੇ ਕਬੱਡੀ ਖਿਡਾਰੀ ਸਾਡਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ਨੀ ਭਰਾ, ਸਿੰਮੂ ਭਰਾ ਤੇ ਦੀਪਾ ਕਹਿੰਦਾ ਵੀ ਉਹ ਕਾਲੇ ਸੰਘਿਆਂ ਵਾਲੇ ਜਿੰਨੇ ਜਾਫੀ ਜੱਫੇ ਲਾਣਗੇ ਉਹਨੇ 500-500 ਦੇ ਮਾਨ ਸਨਮਾਨ ਕੀਤੇ ਜਾਣਗੇ। ਤੇ ਸਾਡਾ ਜੈਲਾ ਭਰਾ 700 ਦੇ ਨਾਲ ਮਾਨ ਸਨਮਾਨ ਕਰਦਾ ਬਾਗੀ ਦੀ ਪਾਈ ਹੋਈ ਕਬੱਡੀ ਤੇ। ਸ਼ਿਵ ਸਿਆ ਦੇਖ ਲੈ ਭੱਜ ਕੇ, ਜੇ ਫੜ ਹੁੰਦਾ ਤੇ ਫੜ ਲੈ, ਇਹਨੇ ਬਾਜੀਆਂ ਵੀ ਪਾਉਣੀਆਂ। ਸੁਰਖਪੁਰ ਤੇ ਦੇਸਲਾ ਅਗਲਾ ਮੈਚ ਖੇਡਣ ਦੇ ਵਾਸਤੇ ਓਪਨ ਦੇ ਲਈ ਟੀਮਾਂ ਖੇਡ ਦੇ ਮੈਦਾਨ ਦੇ ਅੰਦਰ ਪ੍ਰਵੇਸ਼ ਕਰ ਜਾਣ। ਲੋ ਸਾਹਿਲ ਨੇ ਕਬੱਡੀ ਵੱਧ ਕੇ ਪਾ ਦਿੱਤੀ ਹੈ, ਇਧਰਲੇ ਪਾਸੇ ਸਾਹਿਲ ਦੀ ਕਬੱਡੀ ਹੈ, ਵਾਓ ਨੌਜਵਾਨਾਂ। ਉਧਰਲੇ ਪਾਸੇ ਚਾਰ ਜਾਫੀ ਹੋ ਵੀ ਬੱਲੇ ਬੱਲੇ, ਕਹਿੰਦਾ ਛੱਡਦੀ ਛੋਟੇ ਵੀਰਾ ਕਰਨੀ ਰੀ ਸ਼ਰਾਬੀਆਂ ਦੀ, ਦੇਖ ਬਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ। ਲੈ ਵੀ ਕਾਲਾ ਸੰਘਿਆਂ ਵਾਲੇ ਜਿੰਨੇ ਵੀ ਜਾਫੀ ਜਫੇ ਲਾਉਣਗੇ, ਪੱਪੂ ਪੰਛੀ ਅਮਰੀਕਾ ਦੋ ਨਾਲ ਹੈਪੀ ਸੰਘਾ ਨਾਲ ਸਾਡਾ ਵੀਰ ਪਿੰਦਰ ਸਿੱਧੂ, ਉਹਨੇ 500-500 ਇਹ ਨੋਟ ਕਰ ਲੈਣ। ਕਾਲਾ ਸੰਘਿਆਂ ਵਾਲੇ ਜਾਫੀ ਹੁਣ ਤੋਂ ਨੋਟ ਕਰ ਲੈਣ। ਲਾ ਹੈਪੀ ਸੰਘਾ ਪੰਚ ਸਾਹਿਬ ਤੇ ਨਾਲ ਪੱਪੂ ਪੰਛੀ ਜੀ ਕਹਿੰਦੇ ਵੀ ਜਿੰਨੇ ਜਾਫੀ ਜੱਫੇ ਲਾਉਣਗੇ 500-500 ਦਿੱਤੇ ਜਾਣਗੇ। ਮੈਨੂੰ ਲੱਗਦਾ ਹਰਸ਼ ਨੇ ਫੇਰ ਕਮਾਲ ਕਰਦੀ ਹੈ, ਕਮਾਲ ਕਰ ਦਿੱਤੀ ਹੈ ਕਿ ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਂ ਹੁੰਦੇ, ਆਰ ਪਾਰ ਵਾਲੇ ਕਦੇ ਖਹਿੰਦੇ ਨਹੀਂ ਹੁੰਦੇ। ਉਹ ਮਿੰਟ ਲਾਈਦਾ ਇਹ ਚੱਕਰ ਘੁਮਾਉਣ ਨੂੰ, ਜੱਟ ਫੇਰ ਆ ਤਿਆਰ, ਫੇਰ ਆ ਤਿਆਰ ਖੁੱਤੀ ਪਾਉਣ ਨੂੰ, ਕਿ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ। ਦੇਸਲਾ ਦੇ ਸੁਰਖਪੁਰ ਸੰਧੂ ਚੱਠਾ ਤੇ ਕੁਹਾੜਾ ਇਹ ਟੀਮਾਂ ਨੂੰ ਸੱਦਿਆ ਸਾਹਿਲ ਦੀ ਕਬੱਡੀ। ਵਾਹ ਵੀ ਨੌਜਵਾਨਾਂ ਹੁੰਦਰ ਸਾਹਿਬ, ਦੂਸਰੇ ਪਾਸੇ ਜਸਪਾਲ ਸਿੰਘ ਜੀ ਰਾਣਾ ਇਸ਼ਾਰੇ ਕਰਦੇ ਹੋਏ ਨੇ ਆਪ ਆਪਣੀਆਂ ਮਿਸਲਾਂ ਉੱਪਰ। ਨੰਬਰ ਕਾਲਾ ਸੰਘਿਆਂ ਦਾ ਹੈ, ਨੰਬਰ ਕਾਲਾ ਸੰਘਿਆਂ ਦੀ ਟੀਮ ਦੇ ਹਿੱਸੇ ਜੁੜ ਗਿਆ ਖੇਡ ਦੇ ਮੈਦਾਨ ਦੇ ਅੰਦਰ। ਲਓ ਰਸੂਲਪੁਰ ਕਲਾਂ ਵਾਲਾ ਗੱਭਰੂ ਉਹ ਕਹਿੰਦੇ 65 ਕਿਲੋ ਭਾਰ ਵਰਗੀ ਆ, ਇਸ ਸਮੇਂ ਫਾਈਨਲ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ। ਉਧਰ 2 ਨੰਬਰ ਤੋਂ ਹਰਸ਼ ਆ 65 ਚਿੰਬੜਦਾ ਜਿਵੇਂ ਝਪਟ ਮਾਰਦਾ ਚੀਤਾ, ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲਜੀਤਾ, ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲਜੀਤਾ। ਆਹ ਗੱਭਰੂ ਦੀ ਵੀ ਚੋਣ ਲਗਭਗ 70 ਕਿਲੋ ਭਾਰ ਵਰਗ ਦੇ ਵਿੱਚ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਵੇਗੀ। ਓਪਨ ਦੀਆਂ ਟੀਮਾਂ ਜਿਹੜੀਆਂ ਉਹ ਵੀ
ਤਿਆਰ ਵਰ ਤਿਆਰ ਹੋ ਕੇ ਖੇਡ ਦੇ ਮੈਦਾਨ ਦੇ ਅੰਦਰ ਪੁੱਜਣ। ਲਓ ਛੋਟਾ ਦੁੱਲਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ। ਉਹ ਦੁੱਲਿਆ ਕਬੱਡੀਆਂ ਚਾਰਕ ਪਾ ਦੇ, ਰੇਡਾ ਚਾਰਕ ਲਿਆ ਦੇ, ਉਹ ਜਾਫੀ ਤੋਂ ਫੜਿਆ ਜਾਈ ਨਾ, ਅੰਮ੍ਰਿਤ ਤੋਂ ਫੜਿਆ ਜਾਈ ਨਾ, ਉਹ ਫਾਈਨਲ ਮੈਚ ਹੈ ਸੋਹਣਿਆ, ਕਿਤੇ ਬਾਜੀ ਹਰ ਨਾ ਜਾਈ ਓਏ, ਉਹ ਬਾਜੀ ਹਰ ਨਾ ਜਾਈ ਓਏ। ਦੁੱਲਾ ਛੁੱਟ ਗਿਆ ਤੇ ਨਾਲੇ ਆਪਣੀ ਟੀਮ ਲੈ ਵੀ ਸੱਗਾ ਸਾਹਿਬ ਰੇਡਰਾਂ ਦੇ ਵੀ ਪੈਸੇ ਲਾਉਣੇ ਤੇ ਜਾਫੀਆਂ ਦੇ, ਹਾਂ ਜਾਫੀਆਂ ਦੇ। ਪੱਪੂ ਪੰਛੀ ਹੈਪੀ ਸੰਘਾ ਤੇ ਨਾਲ ਸਾਡਾ ਵੀਰ ਪਿੰਦਰ ਸਿੱਧੂ ਵੱਡੀ ਜਾਣਕਾਰੀ ਦਿੰਦੇ ਆ ਵੀ ਕਾਲਾ ਸਿੰਘਾਂ ਦੇ ਜਿੰਨੇ ਜਾਫੀ ਜਫੇ ਲਾਉਣਗੇ ਓਨੇ ਹੀ 500 ਦਿੱਤੇ ਜਾਣੇ ਆ। ਪੱਪੂ ਪੰਛੀ ਅਮਰੀਕਾ ਤੋਂ ਵੱਡੀ ਬੇਨਤੀ ਕਰਦੇ ਆ ਵੀ ਆਪਾਂ ਖਿਡਾਰੀਆਂ ਦੇ ਮਾਣ ਕਰਨੇ ਆ। ਇਧਰ ਓਪਨ ਦੇ ਮੈਚ ਖੇਡਣ ਦੇ ਲਈ ਸੁਰਖਪੁਰ ਦੀ ਟੀਮ ਜਿਹੜੀ ਆ ਖੇਡ ਦੇ ਮੈਦਾਨ ਦੇ ਅੰਦਰ ਪ੍ਰਵੇਸ਼ ਕਰ ਗਈ ਹੈ। ਬੇਨਤੀ ਆ ਕੇ ਦੋਸਲਾਂ ਦੀ ਟੀਮ ਜਿਹੜੀ ਮੈਚ ਖੇਡਣ ਦੇ ਲਈ ਜ਼ਰੂਰ ਖੇਡ ਮੈਦਾਨ ਦੇ ਅੰਦਰ ਆ ਜਾਏ। ਬੁੱਲਿਆਂ ਦੇ ਨਾਲ ਝੜਦੇ ਨਹੀਂ ਪੱਤੇ, ਮਿਹਨਤ ਦੇ ਬੋੜਾਂ ਦੇ ਪੈਰਾਂ ਦੇ ਵਿੱਚ ਵੱਜੇ ਜੋ ਧੰਨਵਾਦੀ ਹਾਂ ਰੋੜਾਂ ਦੇ, ਖੰਭਾਂ ਨਾਲ ਨਹੀਂ ਨਾਲ ਹੌਸਲੇ ਭਰੀ ਉਡਾਰੀ ਹੈ। ਹੁਣ ਸਮਾਂ ਫੈਸਲੇ ਕਰੂ ਪਾਰਸਾ ਕਿ ਹੁਣ ਕਿਹਦੀ ਵਾਰੀ ਹੈ, ਸਮਾਂ ਫੈਸਲੇ ਕਰੂ ਪਾਰਸਾ ਕਿ ਹੁਣ ਕਿਹਦੀ ਵਾਰੀ ਹੈ। ਚੱਲਦਾ ਮੈਚ ਸਮਾਪਤ ਹੈ, ਚੱਲਦੇ ਹੋਏ ਮੈਚ ਵਿੱਚੋਂ ਮੈਨੂੰ ਲੱਗਦਾ ਦਰਸ਼ਕੋ ਕਾਲਾ ਸੰਘਿਓ ਫਸਟ ਰਹੀ ਹੈ। ਲੈ ਵੀ ਕਾਲਾ ਸੰਘਿਓ ਅੱਜ ਦੇ ਕਬੱਡੀ ਕੱਪ ਦੀ 65 ਕਿਲੋ ਦੀ ਫਸਟ ਤੇ ਸੈਕਿੰਡ